ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਟਾਈਮ ਦੇਸ਼ ਦੇ ਵਿੱਚ ਆ ਝਾੜੂ ਨੂੰ ਲਿਆਉਣ ਤੇ ਬੜਾ ਜ਼ੋਰ ਲੱਗ ਰਿਹਾ ਕਈਆਂ ਆ ਬੜਾ ਜ਼ੋਰ ਲੱਗਿਆ ਪਿਆ ਵੀ ਦੇਸ਼ ਚ ਝਾੜੂ ਝਾੜੂ ਕਰਾ ਦੀਏ ਝਾੜੂ ਝਾੜੂ ਕਰਾ ਦੀਏ ਤੇ ਦੇਸ਼ ਚ ਝਾੜੂ ਝਾੜੂ ਕਰਾਉਣ ਵਾਸਤੇ ਭਗਵਾਨ ਤਮਨ ਨੂੰ ਲਿਆ ਹੋਇਆ ਇਹ ਕੇਦਰੀ ਆਲ ਨੇ ਇੱਕ ਟੀਲੇ ਨੂੰ ਚੱਕ ਕੇ ਆ ਟੀਲਾ ਬਣਾਇਆ ਤੇ ਆ ਟੀਲੇ ਨੂੰ ਚੱਕ ਕੇ ਵਿੱਚ ਪਸਾ ਲਿਆ ਭੋਕਰ ਦੇ ਵੀ ਆ ਭਾਈ ਹੁਣ ਤੋਂ ਲਿਆਉਣ ਵਾਸਤੇ ਸਾਡਾ ਪੂਰਾ ਸਾਥ ਦੇ ਝਾੜੂ ਲਿਆਉਣਾ ਆਪਾਂ ਹੁਣ ਭਗਵੰਤ ਮਾਨ ਛੱਤੀਸਗੜ੍ਹ ਦੇ ਵਿੱਚ ਫਿਰਦਾ ਉੱਥੇ ਕੇਸਰੀ ਆਲ ਪ੍ਰਚਾਰ ਕਰਦਾ ਫਿਰਦਾ ਉਹ ਕਹਿੰਦਾ ਸੀ ਪੰਜਾਬ ਚ گاؤں-ਗਾਉ ਮੇ ਨੌਕਰੀ ਦੇ ਦੀ ਹੈ گاਉ-ਗਾਉ ਮੇ ਨੌਕਰੀ ਆ ਪੰਜਾਬ ਮੇ ਮੁਹੱਲਾ ਕਲੀਨਿਕ ਬਣਾ ਦੀ ਹੈ ਅਮੀਰ ਗਰੀਬ ਕਾ ਇਲਾਜ ਫ੍ਰੀ ਚਲਤਾ ਹੈ ਵਾਹ ਪਰ ਇਹ ਹੁਣ ਉੱਥੇ ਗੱਲਾਂ ਕਰੀ ਜਾਂਦਾ ਉਹ ਮੈਂ ਤੁਹਾਨੂੰ ਸੁਣਾਉਣਾ ਫੋਨ ਦੇ ਵਿੱਚ ਆ ਉਦੋਂ ਪਹਿਲਾ ਜਿਹੜਾ ਭਗਵੰਤ ਮਾਨ ਆ ਉਹ ਮੈਕ ਦੇ ਵਿੱਚ ਬੋਲਦਾ ਕਿ ਦੁਨੀਆ ਤੋਂ ਬੋਲਤੀ ਹੈ ਕਿ ਜੀਤੇ ਰਹੇ ਤਾਂ ਮਿਲेंगे और मैं बोलता हूं मिलेंगे तो जीते रहेंगे मेरी मुराद दिल्ली के मुख्यमंत्री श्री अरविंद केजरीवाल जी ਉਹ ਮੈਕ ਫੜਦਾ ਉਹ ਫਿਰ ਨਾਲ ਭਗਵੰਤ ਜੀ ਵੀ ਕਰਦਾ ਕਹਿੰਦਾ ਕਿ ਇਹ ਜੋ ਹੈਲੀਕਾਪਟਰوں میں ਘੁੰਮਤੇ تھے ਜੋ ਉਪਰ ਉਪਰ ਘੁੰਮਤੇ تھے ਅਭੀ ਡੋਰ ਟੂ ਡੋਰ ਆਨੇ ਲੱਗੇ ਹਮ ਤੋ ਭਾਈ ਗਰੀਬ ਲੋਕ ਹੈ ਮਾਰੇ ਪਾਸ ਪੈਸਾ ਨਹੀਂ ਹੈ ਇਹ ਕੇਦਰੀ ਆਲ ਦੇ ਬੋਲਾ ਭਗਵਾਨਤਮਾਨ ਜੀ ਹੈਲੀਕਾਪਟਰਾਂ ਦੀ ਹੁਣ ਤੁਸੀਂ ਗੱਲ ਇਹ ਕੀਤੀ ਆ ਪਹਿਲਾ ਮੈਂ ਕੇਦਰੀ ਆਲ ਦੀ ਗੱਲ ਦਾ ਜਵਾਬ ਦੇਵਾਂ ਕਿ 1 ਨਵੰਬਰ ਨੂੰ ਤੁਸੀਂ ਗਾਉਂ-ਗਾਉਂ ਨੌਕਰੀਆਂ ਆਖੀ ਜਾਂਦੇ ਆ ਆ ਪੋਸਟਰ ਤਾਂ ਤੁਸੀਂ ਲਾਤੇ ਆ ਮੈਂ ਵੀ ਮੰਨਦਾ ਕੱਚੇ ਅਧਿਆਪਕ ਪੱਕੇ ਕਰਤੇ ਉਹ ਫਿਰ ਵੀ ਧਰਨਿਆਂ 'ਚ ਪਹੁੰਚੀ ਜਾਂਦੇ ਆ ਜਿਹੜੇ ਈਟੀਟੀ ਵਾਲੇ ਉਹ ਵੀ ਧਰਨਿਆਂ 'ਚ ਪਹੁੰਚਦੇ ਆ ਜਿਹੜੀ ਤੁਹਾਡੀ ਭੈਣ ਮੂੰਹ ਬੋਲੀ ਸਿੱਪੀ ਸ਼ਰਮਾ ਉਹ ਵੀ ਉੱਥੇ ਆ ਕੇ ਪਹੁੰਚਦੀ ਆ ਕਿ ਹਾਂ ਭਾਈ ਸਾਡੇ ਪੱਲੇ ਨਾ ਕੱਖ ਨਹੀਂ ਪਾਇਆ ਮੈਂ ਪਹਿਲਾਂ ਵੀ ਟੈਂਕੀ ਤੇ ਹੁੰਦੀ ਸੀ ਤੇ ਅੱਜ ਵੀ ਟੈਂਕੀ ਤੇ ਆ ਬਸ ਕਿਸੇ ਸਮੇਂ ਦੇ ਵਿੱਚ ਕੇਦਰੀਆ ਉੱਤੇ ਭਗਵੰਤ ਮਾਨ ਨੇ ਭੈਣ ਕਹਿ ਕੇ ਮੈਨੂੰ ਸਾਰਤਾ ਇਸ ਟਾਈਮ ਭੈਣ ਦੀ ਬਾਤ ਨਹੀਂ ਪੁੱਛਦਾ ਇਹ ਆ ਗਈ ਨੌਕਰੀਆਂ ਵਾਲਿਆਂ ਦੀ ਗੱਲ ਤੇ ਜਿਸ ਦਿਨ 1 ਨਵੰਬਰ ਸੀ ਭਗਵੰਤ ਮਾਨ ਜੀ ਸੂ ਕਰਕੇ ਸਾਨੂੰ ਤੁਹਾਡੀ ਗੱਡੀ ਨਹੀਂ ਦਿਸੀ ਜਦੋਂ ਅਸੀਂ 1 ਨਵੰਬਰ ਨੂੰ ਲੁਧਿਆਣੇ ਦੇ ਵਿੱਚ ਪਹੁੰਚੇ ਆ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਜਿਵੇਂ ਲੱਖੇ ਸਿਧਾਣੇ ਦੇ ਘਰੇ ਪੁਲਿਸ ਕਲਤੀ ਹੋਵੇ ਹੋ ਸਕਦਾ ਦੂਜੇ ਮੰਤਰੀਆਂ ਨੂੰ ਡਰਾਵਾ ਪਾਇਆ ਹੋਵੇ ਦੂਜੀਆਂ ਪਾਰਟੀਆਂ ਨੂੰ ਪਰ ਅਸੀਂ ਤਾਂ ਉਹ ਬੰਦੇ ਸੀ ਵੀ ਸਾਡੇ ਅਸੀਂ ਨਾ ਤਾਂ ਕੋਈ ਗਲਤ ਕੀਤਾ ਤੇ ਨਾ ਸਾਡੇ ਕੋਲ ਪਾਵਰ ਸੀ ਬਸ ਸੱਚ ਸੀਗਾ ਸਾਰਾ ਪੰਜਾਬ ਉੱਥੇ ਪਹੁੰਚਿਆ ਕਿਸਾਨ ਵੀ ਧਰਨੇ ਲਾ ਕੇ ਬੈਠੇ ਬਾਹਰ ਤੇ ਜਿਹੜਾ ਬੰਦਾ ਬੋਲਦਾ ਸੀ ਉਹਨੂੰ ਚੱਕ ਕੇ ਅੰਦਰ ਸਟਾਈ ਗਏ ਆ ਜਿਸ ਦਿਨ ਤੁਸੀਂ ਸਾਨੂੰ ਕਾਰਾਂ ਚ ਨਹੀਂ ਦਿਸੇ ਕੀ ਤੁਸੀਂ ਹੈਲੀਕਾਪਟਰਾਂ ਤੇ ਨਹੀਂ ਰਹਿੰਦੇ ਮੈਂ ਤੁਹਾਨੂੰ ਪੁੱਛਦਾ ਤੁਸੀਂ ਛੱਤੀਸਗੜ ਕਰਦੇ ਕੀ ਫਿਰਦੇ ਆ ਚਿੱਟਾ ਪੰਜਾਬ ਚੋਂ ਖਤਮ ਨਹੀਂ ਹੋਈ ਹੋਇਆ ਬੇਰੋਜ਼ਗਾਰੀ ਪੰਜਾਬ ਚੋਂ ਖਤਮ ਨਹੀਂ ਹੋਈ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਤੁਸੀਂ ਇੱਕ ਮੈਂ ਕਹਿੰਨਾ ਵੀ ਤੁਹਾਨੂੰ ਉਹਨਾਂ ਨੇ ਮੁੱਲ ਲੈ ਲਿਆ ਮੁੱਖ ਮੰਤਰੀ ਬਣਾ ਕੇ ਪ੍ਰਕਾਸ਼ ਬਾਦਲ ਮੁੱਖ ਮੰਤਰੀ ਰਹੇ ਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਆ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਆ ਇੰਨਾ ਪ੍ਰਚਾਰ ਤਾਂ ਉਹਨਾਂ ਨੇ ਜਾ ਕੇ ਦੂਜੀਆਂ ਪਾਰਟੀਆਂ ਦਾ ਕੀਤਾ ਹੀ ਨਹੀਂ ਹੋਰਾਂ ਸਟੇਟਾਂ ਦੇ ਵਿੱਚ ਜਿੰਨਾ ਤੁਸੀਂ ਕਰੀ ਜਾਂਦੇ ਆ ਪੰਜਾਬ ਦੇ ਵਿੱਚੋਂ ਖਤਮ ਕੀ ਹੋਇਆ ਅੱਛਾ ਹੁਣ ਕੇਂਦਰੀਵਾਲ ਸਾਹਿਬ ਤੁਸੀਂ ਜਵਾਬ ਦਿਓ ਕਿ ਤੁਸੀਂ ਇਹ ਗੱਲਾਂ ਕਹੀ ਜਾਂਦੇ ਆ ਕਿ ਵਾਹ ਪਰ ਤੋਂ ਮਹੱਲਾ ਕਲੀਨਿਕ ਬਣਾ ਦिए ਅਬ ਗਰੀਬ ਅਮੀਰ ਦਾ ਇਲਾਜ ਫ੍ਰੀ ਹੁੰਦਾ ਹੈ ਜਾਂ ਪਰ ਮੈਂ ਹੁਣ ਤੁਹਾਨੂੰ ਸਬੂਤ ਦਿਨਾ ਤੁਸੀਂ ਹੁਣੇ ਕਹਣਾ ਜਿਹੜਾ ਕਿ ਗਰੀਬ ਅਮੀਰ ਦਾ ਇਲਾਜ ਫ੍ਰੀ ਹੁੰਦਾ ਇਹ ਇੱਥੇ ਲੋਕਾਂ ਦੀਆਂ ਵੀਡੀਓ ਆਉਂਦੀਆਂ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਹੈ ਨਹੀਂਗੇ ਸਾਡੇ ਕੋਲ ਇਲਾਜ ਨੂੰ ਪੈਸੇ ਹੈ ਨਹੀਂ ਸਾਡਾ ਇਲਾਜ ਕਰਾਇਆ ਜਾਵੇ ਬਿਨਾ ਇਲਾਜ ਤੋਂ ਆ ਮੈਂ ਵੀਡੀਓ ਵਿਖਾਉਣਾ ਬੜੀਆਂ ਆ ਜਾਣੀਆਂ ਜਿਹੜੀਆਂ ਕਹਿ ਲੋ ਇਹ ਕਹਿੰਦੇ ਵੀ ਐ ਕਰਤਾ ਤੇ ਅਸੀਂ ਆ ਕਰਤਾ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਸੀਂ ਪੰਜਾਬ ਦੇ ਵਿੱਚ ਕੁਛ ਨਾ ਕੁਛ ਕਰ ਦਿੱਤਾ ਇਹ ਆ 6 ਸਤੰਬਰ ਦੀ ਵੀਡੀਓ ਆ ਇਹ ਆ ਰਹੀ 6 ਸਤੰਬਰ ਦੀ ਵੀਡੀਓ 2023 ਦੀ 5 ਮਹੀਨੇ ਤੋਂ ਬਿਨਾਂ ਇਲਾਜ ਤੋਂ ਮੰंजे ਤੇ ਤੜਫ ਰਹੀ ਮਤਲਬ ਉਹਨਾਂ ਨੇ ਲਿਖਿਆ ਰੱਖਾਂ ਆ ਮਾਰਚ ਦੀ ਆ ਗਈ ਹੁੰਦੀ ਆ 2022 ਦੀ ਉਤਲੀ ਆ ਵੀ 22 ਦੀ ਆ ਗਈ ਤੇ ਮੈਂ ਤੁਹਾਨੂੰ 2023 ਦੀਆਂ ਵੀ ਆਈ ਜਾਣਗੀਆਂ ਤੇ 2022 ਦੀਆਂ ਵੀ ਆਈ ਜਾਣਗੀਆਂ ਇਥੇ ਕਹਿ ਲੋ ਕਿ ਸਿਰਫ ਤੇ ਸਿਰਫ ਇਹ ਨਾ ਲੋਕਾਂ ਨੂੰ ਇੱਕ ਇਹ ਕਿਹਾ ਜਾ ਰਿਹਾ ਜੀ ਲਾਜ ਹੋ ਜੂ ਐ ਹੋ ਜੂ ਆ ਜੂ 25 ਅਕਤੂਬਰ ਦੀ ਐ ਦੱਸੋ ਕੌਣ ਕੀ ਕਰੂਗਾ ਸੱਚੀ ਗੱਲ ਵੀਰੋ ਵੀਡੀਓ ਨੂੰ ਸ਼ੇਅਰ ਇਹ ਹਰ ਹਰ ਐ ਪਰ ਕੀ ਗੱਲਬਾਤ ਆ ਇਹ ਆਪਾਂ ਸਾਰਾ ਜਿਹੜਾ ਪੁੱਛਾਂਗੇ ਬਈ ਕਿ ਨਾਮ ਆ ਤੇਰਾ ਆ ਐਨ ਆਰ ਆਈ ਦੀ ਆ ਜਿਹੜੇ ਐਨ ਆਰ ਆਈ ਲੋਕ ਆ ਉਹ ਜਿਹੜੇ ਕਿਉਂ ਲਾਜ ਕਰਾ ਰਹੇ ਆ ਜੇਕਰ ਤੁਹਾਡਾ ਮਹੱਲਾ ਮਹੱਲਾ ਕਲੀਨਿਕ ਕਿ ਚੱਲੀ ਜਾਂਦਾ ਫਿਰ ਕਿਉਂ ਤੁਸੀਂ ਉਹ ਕਰੀ ਜਾਂਦੇ ਆ ਸੱਚਾਈ ਗੱਲ ਤੇ ਆ ਪੰਜਾਬ ਦੇ ਲੋਕੋ ਉਹ ਛੱਤੀਸਗੜ੍ਹ ਦੇ ਲੋਕੋ ਸੱਚਾਈ ਗੱਲ ਇਹ ਆ ਕਿ ਲੋਕਾਂ ਦਾ ਕੋਈ ਇਲਾਜ ਨਹੀਂ ਹੋ ਰਿਹਾ ਮਹੱਲਾ ਕਲੀਨਿਕਾਂ ਦੇ ਵਿੱਚ ਮਹੱਲਾ ਕਲੀਨਿਕਾਂ ਦੇ ਵਿੱਚ ਮੰਨਦੇ ਆ ਕਿ ਟੈਸਟ ਹੁੰਦੇ ਹੋਣਗੇ ਕੇਦਰੀ ਆਲਜੀ ਇੱਕ ਮਹੱਲਾ ਕਲੀਨਿਕ ਤੇ 18 ਲੱਖ 37467 ਰੁਪਏ ਖਰਚੇ ਆ ਤੁਸੀਂ ਤੇ ਜੇਕਰ ਗੱਲ ਕਰੀਏ 500 ਮਹੱਲਾ ਕਲੀਨਿਕ ਬਣਾਇਆ ਲਗਭਗ 92 ਕਰੋੜ ਰੁਪਇਆ ਤੁਸੀਂ ਮਹੱਲਾ ਕਲੀਨਿਕਾਂ ਤੇ ਖਰਾਬ ਕੀਤਾ ਤੇ ਅੱਜ ਵੀ ਜਿਹੜੇ ਲੋਕ ਆ ਉਹ ਵੀਡੀਓ ਪਾ ਰਹੇ ਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂਗੇ ਐਨ ਆਰ ਆਈ ਹੋਰ ਪੰਜਾਬ ਦੇ ਲੋਕ ਸਾਡੀ ਮਦਦ ਕਰੋ ਅੱਜ ਵੀ ਨੋਟ ਕਰੋ ਜੇਕਰ ਤੁਹਾਡੀ ਸਰਕਾਰ ਬਣ ਤੋਂ ਬਾਅਦ ਹਰ ਇਲਾਜ ਕਰਾਉਣ ਵਾਲੀਆਂ ਐਨ ਜੀਓ ਬੰਦ ਹੋ ਗਈਆਂ ਤਾਂ ਮੈਨੂੰ ਲੋਕ ਦੱਸ ਦੇਣ ਹਰ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਮਰੀਜ਼ ਪਾਇਆ ਜਿੰਨਾਂ ਕੋਲ ਇਲਾਜ ਨੂੰ ਪੈਸੇ ਨਹੀਂ ਸਿਰਫ ਗੱਲਾਂ ਹੀ ਆ ਤੁਹਾਡੀਆਂ ਮਹਲਾ ਕਲੀਨਿਕ ਬਣਾ ਦਈਏ ਆਪ ਵੀ ਆ ਜਾਣਾ ਦਿੱਲੀ ਮੈਂ ਇਲਾਜ ਕਰਾ ਦੇਂਗੇ ਆਪਕਾ ਕੀ ਗੱਲ ਜਿਹੜਾ ਕੋਈ ਮਾਰੇ ਮੋٹے ਠੀਕ ਹੋ ਛੱਤੀਸਗੜ੍ਹ ਵਾਲੇ ਦਿੱਲੀ ਜਾ ਕੇ ਬਿਮਾਰ ਹੋ ਜਾਣਗੇ ਇਹ ਕਿਹੜੀਆਂ ਗੱਲਾਂ ਕਰੀ ਜene ਕਮਾਲ ਹੋ ਗਈ ਤੁਹਾਡੀ ਭਗਵਾਨਤਮਨ ਜੀ ਛੱਤੀਸਗੜ੍ਹ ਫਿਰਦੇ ਆ ਤੁਸੀਂ ਇਹ ਜਾਣ ਤਾਂ ਸਾਨੂੰ ਵੀ ਬੇਸ਼ਰਮੀ ਦੀਆਂ ਗੋਲੀਆਂ ਦੇ ਦਿਓ ਜਾਂ ਕੋਈ ਗੋਲੀ ਆਪ ਸ਼ਰਮਾਉਣ ਵਾਲੀ ਖਾ ਲੋ ਅਸੀਂ ਚੁੱਪ ਹੋ ਜਾਾਂਗੇ ਇੰਨੇ ਨਾਲ ਜਾਂ ਤਾਂ ਸਾਨੂੰ ਬਿਸ਼ਰਮੀ ਦੀਆਂ ਗੋਲੀਆਂ ਖਵਾਓ ਜਾਂ ਫਿਰ ਆਪ ਸ਼ਰਮਾਉਣ ਵਾਲੀਆਂ ਗੋਲੀਆਂ ਖਾਓ ਵੀ ਵਾਕਈ ਪੰਜਾਬ ਦੇ ਵਿੱਚ ਤੁਹਾਡੇ ਕੰਮ ਬੋਲਦੇ ਆ ਚਿੱਟੇ ਦੇ ਨਾਲ ਮੌਤਾਂ ਹੋਈ ਜਾਂਦੀਆਂ ਜੇ ਬੰਦ ਹੋਇਆ ਤੁਸੀਂ ਮੈਨੂੰ ਦੱਸ ਦਿਓ ਇਹ ਜਿਹੜਾ ਕਹਿ ਲੋ ਇੱਥੇ ਪਿੰਡਾਂ ਚ ਆ ਪਿੰਦੇ ਆ ਲੋਕ ਸ਼ਮਸ਼ਾਨ ਘਾਟਾਂ ਚ ਆ ਪਿੰਦੇ ਇੱਥੋਂ ਮੈਂ ਕਹੀ ਭੁਜਾਏ ਆ ਕਿ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ ਇਹ ਮੈਂ ਇੰਨੀ ਕ ਬੇਨਤੀ ਕਰਦਾ ਕੇਦਰੀਆ ਸਾਹਿਬ ਲੋਕ ਪੰਜਾਬ ਦੇ ਵਿਲਕਦੇ ਫਿਰਦੇ ਆ ਆਖੇ ਪੰਜਾਬ ਵਾਲਿਆਂ ਨੇ ਭਗਵਾਨ ਤਮਾਨ ਬਣਾਤਾ ਇੱਕ ਤਾਂ ਆਖੇ ਹੁਣ ਜਦੋਂ ਗਲਤੀ ਹੋ ਹੀ ਗਈ ਆ ਪੰਜਾਬ ਦੇ ਲੋਕਾਂ ਤੋਂ ਨਾ ਮੈਂ ਇਹ ਵੀ ਦੱਸ ਦੇਵਾਂ ਛਤੀਸਗੜ੍ਹ ਵਾਲਿਆਂ ਨੂੰ ਕਿ ਭਾਈ ਸਾਹਿਬ ਕਿਸੇ ਨੇ ਖੁਸ਼ੀ ਨਾਲ ਨਹੀਂ ਬਣਾਇਆ ਇਹਨੂੰ ਉਹ ਦੂਜੀਆਂ ਇਹਨਾਂ ਨੇ ਇਹ ਕਹਤਾ ਵੀ ਦੂਜੀਆਂ ਸਰਕਾਰਾਂ ਲੁੱਟ ਕੇ ਖਾ ਗਈਆਂ ਐ ਕਰਤਾ ਕਰਤਾ ਪੰਜਾਬ ਦੇ ਲੋਕ ਇਹਨਾਂ ਦੇ ਮਗਰ ਲੱਗੇ ਉਹ ਭੁੱਲ ਗਏ ਸੀ ਕਿਹੜੀ ਭਗਵੰਤਮਾਨ ਪਹਿਲਾ ਕਮੇਡੀਅਨ ਰਿਹਾ ਤੇ ਜਿਹੜਾ ਫਿਲਮਾਂ ਚ ਐਕਟਿੰਗ ਕਰ ਸਕਦਾ ਉਹ ਲੋਕਾਂ ਨਾਲ ਵੀ ਐਕਟਿੰਗ ਕਰ ਸਕਦਾ ਜਿਹੜਾ ਕੈਮਰੇ ਸਾਹਮਣੇ ਐਕਟਿੰਗ ਕਰ ਸਕਦਾ ਉਹ ਪੰਜਾਬ ਦੇ ਲੋਕਾਂ ਨਾਲ ਅੱਖਾਂ ਚੱਖਾਂ ਪਾ ਕੇ ਵੀ ਐਕਟਿੰਗ ਕਰ ਸਕਦਾ ਉਹ ਭੁੱਲ ਗਏ ਹੁਣ ਇਸ ਟਾਈਮ ਜਿਹੜਾ ਡਰਾਮਾ ਪੰਜਾਬ ਦੇ ਲੋਕਾਂ ਨਾਲ ਹੁੰਦਾ ਛੱਡ ਗੱਲਾਂ ਦਿਓ ਇਹਦੇ ਨਾਲ ਵਿਰੋਧੀ ਧਿਰਾਂ ਦੱਸਦੀਆਂ 110 ਗੱਡੀਆਂ ਤਾਂ ਨਾਲ ਆ ਭਗਵੰਤਮਾਨ ਜੀ ਤੁਹਾਡੇ ਇੱਕ ਗੱਡੀ 4000 ਦਾ ਤੇਲ ਪੀਵੇ 10 ਗੱਡੀਆਂ ਦਾ 40000 ਦਾ ਤੇਲ ਬਣਿਆ ਤੇ 100 ਗੱਡੀ ਦਾ 4 ਲੱਖ ਤੇ ਜਿਹੜਾ ਕਹਿ ਲੋ 110 ਗੱਡੀਆਂ ਦਾ 4 ਲੱਖ 40000 ਦਾ ਲਗਭਗ ਹਜ਼ਾਰਾਂ ਦੀ ਤਦਾਰ ਦੇ ਵਿੱਚ ਤੁਹਾਡੇ ਕੋਲ ਗਨਮੈਨ ਹਲੇ ਵੀ ਤੁਸੀਂ ਇਹ ਕਹਿੰਨੇ ਅਸੀਂ ਆਮ ਲੋਕਾਂ ਰਾਜੇ ਮਹਾਰਾਜਿਆਂ ਕੋਲ ਤਾਂ ਇੰਨੇ ਗਨਮੈਨ ਨਹੀਂ ਹੋਣੇ ਜੇਕਰ ਇਤਿਹਾਸਾਂ ਦੇ ਵਿੱਚ ਕੋਈ ਰਾਜਾ ਫਰੋਲਣ ਲੱਗ ਜੇ ਤਾਂ ਮਹਾਰਾਜਾ ਸਤੋਜ ਤੋਂ ਵੱਡਾ ਕੋਈ ਨਹੀਂ ਆਉਣਾ ਤੇ ਹਲੇ ਵੀ ਤੁਸੀਂ ਨਕਸਾਨਾ ਜਿਹੜੇ ਉਹ ਦੂਜੀਆਂ ਪਾਰਟੀਆਂ ਚ ਕੱਢੀ ਜਾਂਦੇ ਆ ਆਕਾਲੀ ਦਲ ਤੇ ਆਕਾਲੀ ਦਲ ਨੂੰ ਗੈਰ ਨੂੰ ਅਜ ਲਗਭਗ 7 ਸਾਲ ਆ 7 ਸਾਲ ਹੋਣ ਵਾਲੇ ਆ ਤੇ ਜਿਹੜੀ ਕਾਂਗਰਸ ਆ ਉਹਨੂੰ ਲਗਭਗ 2 ਸਾਲ ਹੋਣ ਵਾਲੇ ਆ ਹੁਣ ਤੁਹਾਡਾ ਮਸਲਾ ਵੀ ਤੁਸੀਂ 2 ਸਾਲਾਂ ਚ ਕੀ ਕਰੀ ਜਾਂਦੇ ਆ ਉਹਨਾਂ ਨੇ ਜਿਹੜਾ 50 ਸਾਲਾਂ ਚ ਕਰਜ਼ਾ ਚੜਾਉਂਦੇ ਸੀ ਤੁਸੀਂ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਇੱਕੇ ਵਾਰੀ ਚ ਚੜਾ ਤੋ ਵੀ ਲਗਭਗ 1.5 ਸਾਲ ਦੇ ਵਿੱਚ ਵਿੱਚ ਕਿ ਤੋੜਿਆ ਤੁਸੀਂ ਢੱਕਾ ਨਹੀਂ ਇਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਰੀ ਕਿ ਜਾਨਨੇ ਆ ਜੇ ਰੇਤੇ ਦੀ ਗੱਲ ਕਰਦੇ ਆ ਰੇਤ ਮਾਫੀਆ ਫੁੱਲ ਚੱਲੀ ਜਾਂਦਾ ਜਿਹੜਾ ਕਹ ਲੋ ਕਦੇ 25 ਰੁਪਏ ਫੁੱਟ ਮਿਲਦਾ ਸੀ ਕਾਂਗਰਸ ਅਕਾਲੀਆਂ ਦੇ ਵੇਲੇ ਉਹ ਅੱਜ ਥੋੜੇ ਵਾਰੀ ਸਾਨੂੰ 41 ਰੁਪਏ ਫੁੱਟ ਮਿਲ ਜਾਂਦਾ ਮੈਂ ਖੁਦ ਸਟਾਇਆ ਸੀ 13 13 14 14 ਹਜ਼ਾਰ ਦੀ ਰੇਤੇ ਦੀ ਟਰਾਲੀ ਚੱਲੀ ਜਾਂਦੀ ਆ ਤੁਸੀਂ ਵਕਾਸ ਕੀਤਾ ਕਿਹੜੀ ਥਾਂ ਤੇ ਆ ਮੈਨੂੰ ਹਲੇ ਤੱਕ ਇਹ ਹੀ ਸਮਝ ਨਹੀਂ ਆਈ ਬਠਿੰਡੇ ਦੇ ਵਿੱਚ ਸ਼ਰە ਆਮ ਗੋਲੀਆਂ ਚੱਲੀਆਂ ਇੱਕ ਬੰਦੇ ਦਾ ਕਤਲ ਹੋ ਗਿਆ ਉਹ ਕਤਲ ਕਰਨ ਵਾਲਿਆਂ ਦਾ ਪਤਾ ਨਹੀਂ ਲੱਗਿਆ ਤੇ ਲੱਖੇ ਸਿਧਾਣੇ ਘਰੋਂ ਦੇ ਸ਼ਾਮ ਨੂੰ ਪੁਲਿਸ ਪਹੁੰਚ ਗਈ ਮੈਂ ਇਹ ਗੱਲ ਤੇ ਰਾਨ ਹੋ ਗਿਆ ਇਹ ਤੁਸੀਂ ਪਤਾ ਤਾਂ ਕਰੋ ਨਾ ਵੀ ਹੋਈ ਕੀ ਜਾਂਦਾ ਸ਼ਰਾਬ ਦੀ ਜੇ ਗੱਲ ਕਰੀਏ ਸ਼ਰਾਬ ਤੇ ਜਿਹੜਾ ਤੁਸੀਂ ਪ੍ਰਾਈਜ਼ ਲਿਖਿਆ ਉਹ ਲਿਖਿਆ 167 ਰੁਪਏ ਬੋਤਲ ਤੇ ਵਿਕੀਓ 260 ਰੁਪਈਆ ਦੀ ਜਾਂਦੀ ਆ ਇਹ ਦੱਸੋ ਮੈਨੂੰ ਕੀ ਬਣੀ ਕੀ ਜਾਂਦਾ ਏ ਇਹ ਭਾਈ ਸਾਹਿਬ ਪਹਿਲਾਂ ਆਪ ਦੀ ਨਾ ਤੁਸੀਂ ਐ ਕਰੋ ਇੱਕ ਤਾਂ ਦਾ ਪੀੜੀ ਥੱਲੇ ਸੋਟਾ ਮਾਰਨਾ ਮੈਂ ਕਹਿੰਨਾ ਪਹਿਲਾਂ ਤੁਸੀਂ ਆਪ ਦੀ ਪਾਰਟੀ ਦੇ ਵਿੱਚ ਹੀ ਇਹ ਝਾੜੂ ਫੇਰੋ ਕਿਉਂਕਿ ਇਤਿਹਾਸ ਗਵਾ ਦੀਵੇ ਦੇ ਥੱਲੇ ਵੀ ਉਹ ਦੀਵਾ ਦਿੰਦਾ ਤਾਂ ਚੰਨ ਨਾ ਪਰ ਦੀਵੇ ਦੇ ਥੱਲੇ ਹਨੇਰਾ ਹੁੰਦਾ ਉਹ ਕੰਮ ਥੋੜਾ ਆਇਆ ਪਿਆ ਤੁਸੀਂ ਗੰਦ ਭਾ ਸਾਫ ਸੁਥ ਕਰਤਾ ਨਾ ਝਾੜੂ ਨਾਲ ਪਰ ਤੁਹਾਡੀ ਬੋਕਰ ਲਿਬੜੀ ਪਈ ਆ ਤੁਸੀਂ ਪਹਿਲਾਂ ਉਹਨੂੰ ਧੋ ਪਹਿਲਾਂ ਤੁਹਾਡੀ ਬੋਕਰ ਨੂੰ ਧੋ ਲੋ ਬਾਅਦ ਦੇ ਵਿੱਚ ਪੰਜਾਬ ਦਾ ਤੇ ਦਿੱਲੀ ਦਾ ਵਿਕਾਸ ਕਰੋ ਜੇ ਹਾਂ ਜਿਵੇਂ ਛੋਟਾ ਸੋਸ਼ਲ ਮੀਡੀਆ ਤੇ ਪੂਰਾ ਕੰਮ ਛਾਇਆ ਸੋਸ਼ਲ ਮੀਡੀਆ ਤੇ ਤੁਹਾਡੇ ਛੇਤੀ ਕਿਤੇ ਕੋਈ ਖਿਲਾਫ ਨਹੀਂ ਬੋਲਦਾ ਜਾਂ ਤੁਸੀਂ ਪੇਜਾਂ ਦੀਆਂ ਰੀਚਾਂ ਘਟਾਉਂਦੇ ਆ ਜਾਂ ਪੇਜ ਚਲਾ ਕੇ ਮਾਰਦੇ ਅੰਗਲੇ ਦਾ ਅੱਗੇ ਲੋਕਵਾਜਲ ਦਾ ਮਾਰਿਆ ਸੀ ਫਿਰ ਮੇਰੇ ਪੇਜਾਂ ਦੀ ਰੀਚ ਘਟਾ ਕੇ ਰੱਖਤੀ ਆ ਉਹੀ ਕੰਮ ਕੇਸਰੀਵਾਲ ਨੇ ਦਿੱਲੀ ਦੇ ਵਿੱਚ ਕੀਤਾ ਹੋਣਾ ਕਿਉਂਕਿ ਤੁਹਾਡੀ ਜਿਹੜੀ ਸਰਕਾਰ ਆ ਉਹ ਸੋਸ਼ਲ ਮੀਡੀਆ ਤੋਂ ਚੱਲਦੀ ਆ ਸੋਸ਼ਲ ਮੀਡੀਆ ਵਾਲੀ ਸਰਕਾਰ ਆ ਜੇਕਰ ਪਰ ਬਾਦਲਾਂ ਨੇ ਤੇ ਕਾਂਗਰਸੀਆਂ ਨੇ ਕਦੇ ਬੋਲਣ ਵਾਲਿਆਂ ਨੂੰ ਰੋਕਿਆ ਨਹੀਂ ਸੀ ਜਿੰਨਾ ਤੁਸੀਂ ਰੋਕਦੇ ਆ ਇਹ ਰੋਕਣਾ ਕਾਮੀਆਂ ਕਿਸੇ ਦੀਆਂ ਰੀਚਾਂਕ ਢਾਕੇ ਪਰੇ ਮਾਰਨੀਆਂ ਮੈਂ ਇੰਨੀ ਕੁ ਬੇਨਤੀ ਕਰਦਾ ਛੱਤੀਸਗੜ ਬਾਹਰ ਦੇ ਵਿੱਚ ਜਾਓ ਜੇ ਦੂਜੀਆਂ ਸਟੇਟਾਂ ਦੇ ਵਿੱਚ ਬਾਹਰ ਦੇ ਵਿੱਚ ਜਾਓ ਜੇ ਇੰਨੀ ਤਾਂ ਚਮਚਾਗਿਰੀ ਨਾ ਤਾਂ ਕਾਲੀਆਂ ਨੇ ਕੀਤੀ ਆ ਔਰ ਨਾ ਹੀ ਕਾਂਗਰਸੀਆਂ ਨੇ ਕੀਤੀ ਆ ਗੰਦਹੀ ਹੋਰਾਂ ਦੀ ਤੇ ਨਾ ਇਹਨਾਂ ਨੇ ਬਾਦਲਾ ਨੇ ਕੀਤੀ ਆ ਭਾਜਪੀ ਵਾਲਿਆਂ ਦੀ ਜਿੰਨੀ ਭਰਾਵਾ ਕਦੇ ਚੱਲ ਉੱਥੇ ਕਰੇ ਚੱਲ ਇੱਥੇ ਐਨਾ ਕਰਜ਼ਾ ਨਹੀਂ ਚੜਾਇਆ ਮੈਂ ਜੇਕਰ ਫਿਰ ਵੀ ਕੁਝ ਪੰਜਾਬ ਦੇ ਲੋਕੋ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਨਾਰੇ ਇੱਕ ਗੱਲ ਕੇਸਰੀ ਹਲ ਕਹਿ ਰਿਆ ਸੀ ਉਹ ਕਹਿ ਕੀ ਰਿਆ ਸੀ ਕਿ ਜੀ ਅਸੀਂ ਤਾਂ ਭੁੱਖ ਬਣਾਉਨੇ ਆ ਬੱਚਿਆਂ ਦਾ ਫ੍ਰੀ ਬਿਜਲੀਂਆਂ ਦੇ ਕੇ 1000 ਰੁਪਿਆ ਮਹੀਨੇ ਦਾ ਕਹਿ ਕੇ ਆ 프리 ਬੱਸਾਂ ਦਾ ਕਿਰਾਇਆ ਕਰਕੇ ਬੱਚਿਆਂ ਦਾ ਭੁਖਣੀ ਬੰਦਾ ਬੱਚਿਆਂ ਦਾ ਭੁਖਾਪਾ ਮਾਰੀ ਜਾਂਦੇ ਆ ਇਹ ਗੱਲ ਯਾਦ ਰੱਖ ਲੋ ਗੱਲ ਇਹ ਤੁਸੀਂ ਦੇਸ਼ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਵੈਨਜੂਏਲਾ ਦੇਸ਼ ਨਾਲੋਂ ਭੇੜਾ ਬਣਾ ਦੋਗੇ ਫ੍ਰੀ ਦੀਆਂ ਸਹੂਲਤਾਂ ਇੰਗਾਂ ਨਾ ਦਿਓ ਆ ਸਿਆਪਾ ਨਿਬੜ ਜਾਣਾ ਦੇਸ਼ ਦਾ ਮੈਂ ਤੁਹਾਨੂੰ ਦੱਸਤੀ ਗੱਲ ਤੇ ਮੇਰੀ ਝਾੜੂ ਮੇਰੀ ਤੁਹਾਨੂੰ ਬੇਨਤੀ ਆ ਕਿ ਥੋੜਾ ਬਹੁਤ ਪੰਜਾਬ ਵਾਲਾ ਧਿਆਨ ਮਾਰੋ ਭਗਵੰਤ ਮਾਨ ਜੀ ਇਹ ਨੂੰ ਧੋਕੇ ਰੱਖੋ ਪਹਿਲਾਂ ਤਾਂ ਜਦੋਂ ਆਪਾਂ ਬੋਕਰ ਮਾਰਦੇ ਆਂ ਉਦੋਂ ਗੰਦ ਪੇਲੇ ਨੂੰ ਲੱਗ ਜਾਂਦਾ ਪਹਿਲਾਂ ਉਹਦੇ ਧੋਕੇ ਨੂੰ ਮੰਜੇ ਥੱਲੇ ਮਾਰੋ ਫਿਰ ਪਤਾ ਲੱਗੂ ਪੰਜਾਬ 'ਚ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ